ਏਕ ਦਿਵਸ ਮਨ ਭਈ ਉਮੰਗ। ਉਮੰਗ ਦਾ ਅਰਥ ਹੈ ਚਾਅ। ਕਹਿੰਦੇ ਇੱਕ ਦਿਨ ਵਾਪਰਿਆ ਕੀ ਕਿ ਮੇਰੇ ਅੰਦਰ ਇੱਕ ਚਾਅ ਪੈਦਾ ਹੋਇਆ, ਇੱਕ ਤਾਂਘ ਪੈਦਾ ਹੋਈ। ਏਕ ਦਿਵਸ ਮਨ ਭਈ ਉਮੰਗ, ਅਤੇ ਮੈਂ ਕੀਤਾ ਪਤਾ ਕੀ, ਘਸ ਚੰਦਨ ਚੋਆ ਬਹੁ ਸੁਗੰਧ। ਮੈਂ ਨਾ ਚੰਦਨ ਘਸਾ ਕੇ ਅਤਰ ਅਤੇ ਹੋਰ ਕਈ ਸੁਗੰਧੀਆਂ ਮੈਂ ਲੈ ਲਈਆਂ, ਅਤੇ ਕੀਤਾ ਕੀ, ਪੂਜਨ ਚਾਲੀ ਬ੍ਰਹਮ ਠਾਏ। ਜੀਵ ਇਸਤਰੀ ਰੂਪ ਦੇ ਵਿੱਚ ਹੋ ਕੇ ਆਖ ਰਹੇ ਨੇ ਇੱਥੇ। ਕਹਿੰਦੇ ਮੈਂ ਕੀ ਕੀਤਾ, ਮੈਂ ਨਾ ਤੁਰ ਪਿਆ, ਪੂਜਨ ਚਾਲੀ ਬ੍ਰਹਮ ਠਾਏ। ਮੈਂ ਕਿਸੇ ਧਾਰਮਿਕ ਸਥਾਨ ਵਾਲੇ ਪਾਸੇ ਨੂੰ ਤੁਰ ਪਿਆ, ਬ੍ਰਹਮ ਠਾਏ, ਵੀ ਜਿੱਥੇ ਕਿਹਾ ਜਾਂਦਾ ਕਿ ਇਹ ਫਲਾਣੀ ਜਗ੍ਹਾ ਧਾਰਮਿਕ ਸਥਾਨ ਹੈ ਜੀ, ਇੱਥੇ ਰੱਬ ਰਹਿੰਦਾ। ਆਮ ਲੋਕਾਂ ਦੀ ਵਿਚਾਰਧਾਰਾ ਇਹੀ ਹੈ ਨਾ, ਕੋਈ ਕਹਿੰਦਾ ਰੱਬ ਕਿੱਥੇ ਰਹਿੰਦਾ, ਕੋਈ ਕਹਿੰਦਾ ਮੰਦਰ ਦੇ ਵਿੱਚ ਹੈ। ਅਤੇ ਅੱਜ ਜੇ ਸਾਨੂੰ ਪੱਗਾਂ ਵਾਲਿਆਂ ਨੂੰ ਪੁੱਛ ਲਵੋ ਤਾਂ ਸਾਡੇ 'ਚੋਂ ਬਹੁਤੇ ਹੋਣਗੇ ਜਿਹੜੇ ਕਹਿਣਗੇ ਰੱਬ ਕਿੱਥੇ ਆ, ਕਹਿਣਗੇ ਗੁਰਦੁਆਰੇ ਹੈਗਾ। ਜਦਕਿ ਗੁਰਬਾਣੀ ਕੀ ਕਹਿ ਰਹੀ ਹੈ, ਗੁਰਬਾਣੀ ਕਹਿ ਰਹੀ ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਗੁਰਬਾਣੀ ਤਾਂ ਕਹਿ ਰਹੀ ਘੱਟ ਘੱਟ ਦੇ ਵਿੱਚ ਹੀ ਹੈ, ਉਹ ਤਾਂ ਮੇਰੇ ਅੰਦਰ ਹੈ, ਨੇੜਾ ਹੈ, ਦੂਰ ਨਾ ਜਾਣੇ ਹੋ ਨਿਤ ਸਾਰੇ ਸੰਭਾਲੇ। ਗੁਰਬਾਣੀ ਕਹਿ ਰਹੀ ਮੇਰੇ ਲਾਗੇ ਹੈ, ਪਰ ਸਾਡੀ ਛੋਟੀ ਸੋਚ ਹੋਣ ਦੇ ਕਰਕੇ ਅਸੀਂ ਇੱਕ ਜਗ੍ਹਾ ਦੇ ਉੱਤੇ ਫਿਕਸ ਕਰਨਾ ਚਾਹੁੰਦੇ ਹਾਂ। ਕੋਈ ਕਹਿ ਦਿੰਦਾ ਮੰਦਰ ਦੇ ਵਿੱਚ ਹੈ, ਕੋਈ ਕਹਿ ਦਿੰਦਾ ਗੁਰਦੁਆਰੇ ਹੈ, ਜੇ ਹੋਰ ਕਿਸੇ ਦਾ ਵੱਸ ਨਹੀਂ ਚੱਲਦਾ ਉਹ ਕਹਿੰਦਾ ਰੱਬ ਉੱਪਰ ਬੈਠਾ ਹੋਇਆ, ਤਾਂਹੀਓ ਉੱਪਰ ਵਾਲਾ ਕਿਹਾ ਜਾਂਦਾ ਉਹਨੂੰ, ਵੀ ਉੱਪਰ ਹੈ। ਰਾਮਾਨੰਦ ਜੀ ਕਹਿੰਦੇ ਜਦੋਂ ਮੇਰੀ ਸਾਂਝ ਚੰਗੇ ਗੁਰੂ ਨਾਲ ਨਹੀਂ ਪਈ, ਸੱਚੇ ਗੁਰੂ ਨਾਲ ਨਹੀਂ ਪਈ, ਉਦੋਂ ਵਾਪਰਿਆ ਪਤਾ ਕੀ, ਕਹਿੰਦੇ ਨੇ ਪੂਜਨ ਚਾਲੀ ਬ੍ਰਹਮ ਠਾਏ। ਮੈਂ ਨਾ ਚੰਦਨ ਘਸਾਇਆ, ਅਤਰ ਲਿਆ ਅਤੇ ਹੋਰ ਕਈ ਤਰ੍ਹਾਂ ਦੀਆਂ ਸੁਗੰਧੀਆਂ ਇਕੱਠੀਆਂ ਕਰ ਲਈਆਂ, ਅਤੇ ਇਹ ਸਾਰਾ ਸਮਾਨ ਲੈ ਕੇ ਨਾ ਮੈਂ ਕਿਸੇ ਖਾਸ ਧਾਰਮਿਕ ਸਥਾਨ ਵਾਲੇ ਪਾਸੇ ਨੂੰ ਤੁਰ ਪਿਆ, ਪੂਜਨ ਚਾਲੀ ਬ੍ਰਹਮ ਠਾਏ। ਅਤੇ ਮੇਰੇ ਮਨ ਦੇ ਵਿੱਚ ਇਹ ਵਿਚਾਰ ਸੀ ਕਿ ਮੰਦਰ ਦੇ ਵਿੱਚ ਜਿਹੜੀ ਮੂਰਤੀ ਲੱਗੀ ਹੋਏਗੀ ਨਾ, ਮੈਂ ਇਹ ਸਭ ਕੁਝ ਉੱਥੇ ਜਾ ਕੇ ਭੇਟ ਕਰਾਂਗਾ, ਕੋਈ ਤਿਲਕ ਲਾਏ ਜਾਣਗੇ, ਕੋਈ ਆਰਤੀਆਂ ਕੀਤੀਆਂ ਜਾਣਗੀਆਂ, ਜੋ ਵੀ ਕਰਮਕਾਂਡ ਹੁੰਦੇ ਨੇ ਉਹਨਾਂ ਜਗਾਵਾਂ ਦੇ ਉੱਤੇ, ਵੀ ਉਹ ਸਾਰੇ ਕੁਝ ਕਰਾਂਗਾ। ਪਰ ਕਹਿੰਦੇ ਵਾਪਰਿਆ ਪਤਾ ਕੀ, ਮੇਰਾ ਗੁਰੂ ਜੋ ਕਿ ਮੇਰੇ ਅੰਦਰ ਹੀ ਹੈ, ਉਹਨੇ ਮੈਨੂੰ ਇਹ ਅਕਲ ਦਿੱਤੀ, ਉਹ ਭਲਿਆ ਦੱਸ, ਜੇ ਤੂੰ ਇਹ ਸਾਰੇ ਕੰਮ ਕਰੇਗਾ ਤਾਂ ਇਹਦੇ ਵਿੱਚੋਂ ਤੇਰੇ ਜੀਵਨ ਨੂੰ ਕੀ ਲਾਭ ਹੋਵੇਗਾ, ਇਹਦੇ ਵਿੱਚੋਂ ਤੈਨੂੰ ਕੀ ਪ੍ਰੋਫਿਟ ਹੋਵੇਗਾ। ਆਪਾਂ ਕੋਈ ਵੀ ਕੰਮ ਕਰਦੇ ਹਾਂ ਉਹਦੇ ਵਿੱਚ ਆਪਣਾ ਪ੍ਰੋਫਿਟ ਤਾਂ ਵੇਖਦੇ ਹਾਂ ਨਾ, ਵੀ ਅਸੀਂ ਫਲਾਣਾ ਕੰਮ ਕਰਨ ਲੱਗੇ ਹਾਂ, ਇਹਦੇ ਵਿੱਚੋਂ ਸਾਨੂੰ ਲਾਭ ਕੀ ਹੋਏਗਾ, ਹੁਣ ਅਸੀਂ ਗੁਰਦੁਆਰੇ ਹੀ ਆਉਂਦੇ ਹਾਂ। ਮੈਂ ਤਾਂ ਕਹਿੰਦਾ ਹਰ ਬੰਦੇ ਨੂੰ ਆਪਣਾ ਲਾਭ ਵੇਖਣਾ ਚਾਹੀਦਾ ਹੈ, ਅਤੇ ਲਾਭ ਇਸ ਤਰੀਕੇ ਦਾ ਨਹੀਂ ਕਿ ਮੈਂ ਗੋਲਕ ਵਿੱਚ 10 ਰੁਪਏ ਪਾਏ ਤਾਂ ਮੈਨੂੰ 1000 ਰੁਪਇਆ ਮਿਲੇਗਾ, ਮੈਂ ਉਹਦੀ ਗੱਲ ਨਹੀਂ ਕਰਦਾ ਪਿਆ, ਉਸ ਲਾਭ ਦੀ ਗੱਲ ਨਹੀਂ ਕਰਦਾ ਪਿਆ, ਇੱਥੇ ਮੈਂ ਲਾਭ ਦੀ ਜਿਹੜੀ ਗੱਲ ਕਰ ਰਿਹਾ, ਵੀ ਆਪਾਂ ਗੁਰਦੁਆਰੇ ਆਏ ਹਾਂ ਅਤੇ ਅਸੀਂ ਸੋਚੀਏ ਵੀ ਮੈਂ ਰੋਜ਼ ਗੁਰਦੁਆਰੇ ਆਉਂਦਾ, ਮੇਰਾ ਕੀ ਲਾਭ ਹੈ ਇੱਥੇ। ਇੱਥੇ ਇਹ ਲਾਭ ਹੋਏਗਾ ਕਿ ਜਦੋਂ ਗੁਰਮਤਿ ਦੀ ਵਿਚਾਰ ਹੁੰਦੀ ਹੈ ਨਾ, ਅਸੀਂ ਉਹਦੇ ਵਿੱਚੋਂ ਕੁਝ ਸਿੱਖਾਂਗੇ ਅਤੇ ਆਪਣੇ ਜੀਵਨ ਨੂੰ ਸੋਹਣਾ ਬਣਾ ਸਕਦੇ ਹਾਂ। ਸਾਨੂੰ ਇੱਥੇ ਆ ਕੇ ਇਹ ਲਾਭ ਹੋਏਗਾ, ਇਹ ਪ੍ਰੋਫਿਟ ਹੋਵੇਗਾ, ਜਦੋਂ ਗੁਰਮਤਿ ਦੀ ਵਿਚਾਰ ਆਪਾਂ ਸੁਣਾਂਗੇ ਅਤੇ ਉਸ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਕਮਾਵਾਂਗੇ, ਇੱਥੋਂ ਸਾਨੂੰ ਇਹ ਲਾਭ ਹੋਣਾ। ਪਰ ਇੱਕ ਬੰਦਾ ਮੰਨ ਲਓ ਉਹ ਆਵੇ ਗੁਰਦੁਆਰੇ ਹੀ ਆਵੇ, ਉਹਦੇ ਹੱਥ ਦੇ ਵਿੱਚ ਫੁੱਲਾਂ ਦਾ ਹਾਰ ਹੋਵੇ, ਅਤੇ ਉਹ ਕੀ ਕਰੇ, ਪਹਿਲਾਂ ਇੱਧਰ ਮੱਥਾ ਟੇਕੇ, ਫਿਰ ਪਰਲੇ ਪਾਸੇ ਟੇਕੇ, ਫਿਰ ਪਿਛਾਂਹ ਜਾ ਕੇ ਟੇਕੇ, ਫਿਰ ਇੱਧਰ ਟੇਕੇ, ਫੁੱਲਾਂ ਦਾ ਹਾਰ ਚੜ੍ਹਾ ਦੇਵੇ, ਅਤੇ ਉਸ ਤੋਂ ਬਾਅਦ ਪ੍ਰਸ਼ਾਦ ਲਵੇ ਅਤੇ ਤੁਰਦਾ ਬਣੇ, ਦੱਸੋ ਗੁਰਦੁਆਰੇ ਆਏ ਦਾ ਕੋਈ ਲਾਭ ਹੋਇਆ ਉਹਨੂੰ, ਤੁਸੀਂ ਦੱਸੋ ਕੋਈ ਹੋਇਆ ਲਾਭ। ਸਿੱਖ ਕੇ ਕੀ ਗਿਆ ਇੱਥੋਂ ਦੀ, ਸਿੱਖ ਕੇ ਤਾਂ ਕੁਝ ਵੀ ਨਹੀਂ ਗਿਆ। ਗੁਰਦੁਆਰਾ ਕੋਈ ਮੰਦਰ ਥੋੜ੍ਹੀ ਨਾ ਵੀ ਇੱਥੇ ਆਏ, ਮੱਥਾ ਟੇਕਿਆ, ਫੁੱਲਾਂ ਦਾ ਹਾਰ ਚੜ੍ਹਾਇਆ ਅਤੇ ਬੰਦਾ ਕਹੇ ਹੁਣ ਮੈਂ ਘਰ ਨੂੰ ਚੱਲਦਾ। ਗੁਰਦੁਆਰਾ ਇੱਕ ਸਕੂਲ ਹੈ, ਗੁਰਦੁਆਰਾ ਇੱਕ ਸਕੂਲ ਹੈ, ਜਿਵੇਂ ਬੱਚਾ ਸਕੂਲ ਦੇ ਵਿੱਚ ਪੜ੍ਹਨ ਵਾਸਤੇ ਜਾਂਦਾ ਹੈ, ਅਸੀਂ ਵੀ ਜੇ ਇੱਥੇ ਆਏ ਹਾਂ ਤਾਂ ਕੁਝ ਸਿੱਖਣ ਵਾਸਤੇ ਆਏ ਹਾਂ, ਕੁਝ ਵਿਚਾਰਨ ਵਾਸਤੇ ਆਏ ਹਾਂ, ਕੁਝ ਸਮਝਣ ਵਾਸਤੇ ਆਏ ਹਾਂ। ਸੋ ਚਾਹੀਦਾ ਇਹ ਗੁਰਦੁਆਰੇ ਨੂੰ ਸਕੂਲ ਸਮਝ ਕੇ ਆਇਆ ਜਾਵੇ, ਨਾ ਕਿ ਇਸ ਤਰੀਕੇ ਨਾਲ ਆਇਆ ਜਾਵੇ ਜਿਵੇਂ ਲੋਕ ਮੰਦਰ ਦੇ ਵਿੱਚ ਜਾਂਦੇ ਨੇ। ਰਾਮਾਨੰਦ ਜੀ ਕਹਿੰਦੇ ਨੇ, ਕਹਿੰਦੇ ਮੇਰੇ ਗੁਰੂ ਨੇ ਮੈਨੂੰ ਅੰਦਰੋਂ ਹੀ ਇਹ ਗੱਲ ਆਖੀ, ਅੰਦਰ ਹੀ ਇੱਕ ਥੋਟ, ਅੰਦਰ ਹੀ ਇੱਕ ਵਿਚਾਰ ਪੈਦਾ ਹੋਈ ਕਿ ਮੈਂ ਜਿਹੜੇ ਕੰਮ ਇਹ ਸਾਰੇ ਕਰਨ ਲੱਗਾ ਹਾਂ ਇਹਦੇ ਵਿੱਚੋਂ ਮੈਨੂੰ ਲਾਭ ਕੀ ਹੋਵੇਗਾ।
ਕਹਿੰਦੇ ਮੈਨੂੰ ਅੰਦਰੋਂ ਹੀ ਵਿਚਾਰ ਆਈ ਕਿ ਇਹਦੇ ਵਿੱਚੋਂ ਤਾਂ ਕੋਈ ਲਾਭ ਹੋਣਾ ਹੀ ਨਹੀਂ, ਇਹਦੇ ਵਿੱਚੋਂ ਤਾਂ ਕੋਈ ਫਾਇਦਾ ਹੋਣਾ ਹੀ ਨਹੀਂ। ਤਾਂ ਮੇਰੇ ਗੁਰੂ ਨੇ ਮੈਨੂੰ ਇਹ ਗੱਲ ਸਮਝਾ ਦਿੱਤੀ ਵੀ ਤੂੰ ਬ੍ਰਹਮ ਨੂੰ, ਤੂੰ ਰੱਬ ਨੂੰ ਕਿਸੇ ਖਾਸ ਅਸਥਾਨ ਦੇ ਉੱਤੇ ਲੱਭਣ ਵਾਸਤੇ ਚੱਲੇ ਆ। ਕਹਿੰਦੇ ਮੇਰੇ ਗੁਰੂ ਨੇ ਸਮਝਾਇਆ ਉਹ ਕਿਸੇ ਇੱਕ ਖਾਸ ਜਗ੍ਹਾ ਦੇ ਉੱਤੇ ਨਹੀਂ, ਕਿਸੇ ਇੱਕ ਖਾਸ ਜਗ੍ਹਾ ਦੇ ਉੱਤੇ ਨਹੀਂ, ਉਹ ਕਿੱਥੇ ਹੈ? ਕਹਿੰਦੇ ਨੇ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਕਹਿੰਦੇ ਮੇਰੇ ਗੁਰੂ ਨੇ ਮੈਨੂੰ ਇਹ ਗੱਲ ਸਮਝਾ ਦਿੱਤੀ ਕਿ ਉਹ ਬ੍ਰਹਮ, ਮੇਰਾ ਗੁਰੂ, ਮੇਰਾ ਰੱਬ, ਕੁਝ ਵੀ ਕਹਿ ਲਓ, ਕਿਤੇ ਬਾਹਰ ਨਹੀਂ, ਉਹ ਮੇਰੇ ਅੰਦਰ ਹੀ ਹੈ, ਮੇਰੇ ਵਿੱਚ ਹੀ ਹੈ। ਇੰਜ ਕਹਿ ਲਓ, ਜੇ ਸੌਖਾ ਸਮਝਣਾ ਹੋਵੇ ਨਾ, ਇੰਜ ਕਹਿ ਲਓ ਕਿ ਗੁਣਾਂ ਦੇ ਰੂਪ ਦੇ ਵਿੱਚ ਮੇਰਾ ਰੱਬ ਮੇਰੇ ਅੰਦਰ ਬੈਠਾ ਹੋਇਆ, ਉਹ ਸੰਤੋਖ ਦੇ ਰੂਪ ਦੇ ਵਿੱਚ, ਉਹ ਦਇਆ ਦੇ ਰੂਪ ਦੇ ਵਿੱਚ, ਉਹ ਧੀਰਜ ਦੇ ਰੂਪ ਦੇ ਵਿੱਚ, ਉਹ ਇਮਾਨਦਾਰੀ ਦੇ ਰੂਪ ਦੇ ਵਿੱਚ ਮੇਰੇ ਅੰਦਰ ਹੀ ਬੈਠਾ ਹੋਇਆ, ਉਹ ਮੇਰੇ ਅੰਦਰ ਹੀ ਹੈ। ਉਹ ਗਿਆਨ ਦੇ ਰੂਪ ਦੇ ਵਿੱਚ, ਉਹ ਵਿਵੇਕ ਦੇ ਰੂਪ ਦੇ ਵਿੱਚ ਮੇਰੇ ਅੰਦਰ ਹੀ ਬੈਠਾ ਹੋਇਆ। ਲੋੜ ਹੈ ਕਿ ਅਸੀਂ ਅੰਦਰਲੇ ਰੱਬ ਨੂੰ, ਅੰਦਰਲੇ ਗੁਰੂ ਨੂੰ ਪਛਾਣ ਲਈਏ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਮੇਰੇ ਗੁਰੂ ਨੇ ਇਹ ਗੱਲ ਮੈਨੂੰ ਸਮਝਾ ਦਿੱਤੀ, ਉਹ ਬ੍ਰਹਮ ਅੰਦਰ ਹੀ ਹੈ ਭਲਿਆ, ਤੇਰੇ ਮਨ ਦੇ ਵਿੱਚ ਹੀ ਹੈ, ਉਹਨੂੰ ਐਵੇਂ ਕਿਤੇ ਬਾਹਰ ਨਾ ਲੱਭਦਾ ਫਿਰ। ਆ ਜਿਹੜੀਆਂ ਪੂਜਾਵਾਂ ਤੂੰ ਕਰਨ ਲੱਗਾ ਹੋਇਆ ਨਾ, ਇਹ ਚੰਦਨ ਘਸਾ ਰਿਹਾ, ਜਿਹੜੀਆਂ ਤੂੰ ਇਸ ਤਰੀਕੇ ਨਾਲ ਪੂਜਾ ਕਰਨ ਵਾਲੇ ਪਾਸੇ ਨੂੰ ਤੁਰਿਆ ਹੋਇਆ, ਇਹਦੇ ਵਿੱਚੋਂ ਤੈਨੂੰ ਕੋਈ ਲਾਭ ਨਹੀਂ ਹੋਣਾ। ਅਗਲੇ ਬੰਦ ਵਿੱਚ ਕਹਿੰਦੇ ਨੇ ਜਹਾਂ ਜਾਈਏ ਤਾਹਾਂ ਜਲ ਪਖਾਨ। ਕਹਿੰਦੇ ਜਿੱਥੇ ਮਰਜ਼ੀ ਚਲੇ ਜਾਓ, ਕਿਸੇ ਵੀ ਤੀਰਥ ਦੇ ਉੱਤੇ ਚਲੇ ਜਾਓ, ਉੱਥੇ ਦੋ ਚੀਜ਼ਾਂ ਹੀ ਲੱਭਦੀਆਂ ਨੇ। ਜਹਾਂ ਜਾਈਏ ਤਾਹਾਂ ਜਲ ਪਖਾਨ। ਪਖਾਨ ਕਹਿੰਦੇ ਨੇ ਪੱਥਰ ਨੂੰ, ਅਤੇ ਜਲ ਕਹਿੰਦੇ ਨੇ ਪਾਣੀ ਨੂੰ। ਕਿਤੇ ਵੀ ਚਲ ਜਾਓ, ਜਾਂ ਪੱਥਰ ਦੀ ਮੂਰਤੀ ਲੱਗੀ ਹੋਈ ਹੈ, ਅਤੇ ਜਾਂ ਉੱਥੇ ਪਾਣੀ ਹੈ ਜਿੱਥੇ ਲੋਕ ਆ ਕੇ ਇਸ਼ਨਾਨ ਕਰਦੇ ਨੇ। ਕਹਿੰਦੇ ਦੋ ਚੀਜ਼ਾਂ ਨੇ। ਹੁਣ ਮੂਰਤੀ ਦੇ ਅੱਗੇ ਸਿਰ ਝੁਕਾਇਆ ਜਾਂਦਾ, ਹੁਣ ਪੱਥਰ ਦੀ ਮੂਰਤੀ ਹੈ, ਬੰਦਾ ਕਹੇ ਮੈਂ ਇਹਦੇ ਅੱਗੇ ਸਿਰ ਝੁਕਾਵਾਂ ਅਤੇ ਇੱਥੋਂ ਮੈਨੂੰ ਕੁਝ ਮਿਲ ਜਾਵੇਗਾ, ਕੁਝ ਨਹੀਂ ਮਿਲਣਾ। ਦੂਜੇ ਨੰਬਰ ਦੇ ਉੱਤੇ ਬੰਦਾ ਕਹੇ ਕਿ ਇੱਥੇ ਪਾਣੀ ਹੈ, ਮੈਂ ਚੁੱਭੀ ਲਾ ਲਵਾਂ, ਇਹਦੇ ਨਾਲ ਮੇਰਾ ਜੀਵਨ ਸਵਰ ਜਾਵੇਗਾ। ਠੀਕ ਹੈ, ਸਰੀਰ ਸਾਫ਼ ਹੋ ਸਕਦਾ ਪਾਣੀ ਵਿੱਚ ਨਹਾਤੇ ਹਾਂ, ਪਰ ਮਨ ਨੇ ਸਾਫ਼ ਨਹੀਂ ਹੋਣਾ। ਹੁਣ ਨੋਟ ਕਰਿਓ, ਦੂਜਿਆਂ ਦੀ ਗੱਲ ਜੇ ਕਰਨੀ ਸਾਨੂੰ ਆਪਣੀ ਗੱਲ ਵੀ ਕਰਨੀ ਪਵੇਗੀ। ਹੁਣ ਮੰਨ ਲਓ ਕੋਈ ਗੁਰਦੁਆਰੇ ਆਇਆ, ਇੱਥੇ ਸ਼ਬਦ ਗੁਰੂ ਦਾ ਪ੍ਰਕਾਸ਼ ਹੋਇਆ ਪਿਆ, ਸ਼ਬਦ ਗੁਰੂ ਦਾ ਪ੍ਰਕਾਸ਼ ਹੈ, ਨਾਲ ਕਈ ਗੁਰਦੁਆਰਿਆਂ ਦੇ ਵਿੱਚ ਸਰੋਵਰ ਵੀ ਹੁੰਦੇ ਨੇ। ਹੁਣ ਇੱਕ ਬੰਦਾ ਆਇਆ, ਉਹਨੇ ਆ ਕੇ ਸ਼ਬਦ ਗੁਰੂ ਦੇ ਅੱਗੇ ਮੱਥਾ ਟੇਕਿਆ, ਠੀਕ ਹੈ ਜੀ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਹਨੇ ਮੱਥਾ ਟੇਕਿਆ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਪਹਿਲਾਂ ਅੱਗੇ ਟੇਕ ਲਿਆ, ਫਿਰ ਸਾਈਡ 'ਤੇ ਟੇਕ ਲਿਆ, ਫਿਰ ਪਿਛਾਂਹ ਜਾ ਕੇ ਟੇਕਿਆ, ਫਿਰ ਇੱਧਰ ਆ ਕੇ ਟੇਕਿਆ, ਮੱਥੇ ਟੇਕਿਆ, ਬਾਹਰ ਨਿਕਲ ਗਿਆ। ਬਾਹਰ ਇੱਕ ਸਰੋਵਰ ਸੀਗਾ, ਸਰੋਵਰ ਵਿੱਚ ਜਾ ਕੇ ਉਹਨੇ ਚੁੱਭੀ ਲਾਈ ਅਤੇ ਆਪਣੇ ਘਰ ਨੂੰ ਚੱਲ ਗਿਆ। ਉਹੀ ਕੰਮ ਨਹੀਂ ਹੋਇਆ ਜਿਹੜਾ ਕੰਮ ਮੂਰਤੀ ਅਤੇ ਤੀਰਥ 'ਤੇ ਜਾ ਕੇ ਹੋਇਆ। ਉਹਨੇ ਮੂਰਤੀ ਅੱਗੇ ਸਿਰ ਝੁਕਾਇਆ ਸੀ ਇੱਕ ਬੰਦੇ ਨੇ, ਇਹਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾ ਲਿਆ। ਹੁਣ ਮੂਰਤੀ ਤਾਂ ਚਲੋ ਬੋਲ ਕੇ ਕੁਝ ਦੱਸ ਨਹੀਂ ਸਕਦੀ, ਪੱਥਰ ਦੀ ਮੂਰਤੀ ਕੀ ਬੋਲੇਗੀ, ਪਰ ਭਲਿਆ ਜੇ ਤੂੰ ਗੁਰਦੁਆਰੇ ਆਇਆ ਸੀਗਾ, ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਕੋਈ ਮੂਰਤੀ ਨਹੀਂ ਹੈਗੇ, ਗੁਰੂ ਗ੍ਰੰਥ ਸਾਹਿਬ ਕੋਈ ਮੂਰਤੀ ਨਹੀਂ, ਇਹ ਤਾਂ ਸ਼ਬਦ ਗੁਰੂ ਹੈ। ਤੂੰ ਜੇ ਆਇਆ ਹੀ ਸੀਗਾ ਤਾਂ ਆਪ ਬਾਣੀ ਪੜ੍ਹ ਲੈਂਦਾ, ਕਿਤੇ ਆਪ ਬਾਣੀ ਪੜ੍ਹ ਲੈਂਦਾ, ਜੇ ਗੁਰਬਾਣੀ ਦੀ ਕਥਾ ਹੋ ਰਹੀ ਸੀ ਕਿਤੇ ਕਥਾ ਸੁਣ ਲੈਂਦਾ, ਕੀਰਤਨ ਸੁਣ ਲੈਂਦਾ, ਸ਼ਾਇਦ ਤੇਰੇ ਪੱਲੇ ਕੁਝ ਨਾ ਕੁਝ ਪੈ ਜਾਂਦਾ, ਪਰ ਉਹ ਕੰਮ ਨਹੀਂ ਨਾ ਕੀਤਾ। ਇੱਕ ਬੰਦਾ ਜਿਹੜਾ ਮੂਰਤੀ ਅੱਗੇ ਜਾ ਕੇ ਸਿਰ ਝੁਕਾਉਂਦਾ ਹੈ, ਉਸੇ ਤਰੀਕੇ ਨਾਲ ਇਹਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾਇਆ ਅਤੇ ਘਰ ਨੂੰ ਤੁਰ ਪਿਆ। ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜੀ ਵਿਚਾਰ ਸਾਨੂੰ ਦੇ ਰਹੇ ਨੇ ਨਾ, ਉਹ ਪਤਾ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਤੁਦਨੋ ਨਿਵਣ। ਨਿਵਣ ਦਾ ਅਰਥ ਕੀ ਹੈ? ਤੁਦਨੋ ਨਿਵਣ, ਮੰਨਣ ਤੇਰਾ ਨਾਉ। ਅਸਲ ਵਿੱਚ ਨਿਵਣਾ, ਅਸਲ ਵਿੱਚ ਮੱਥਾ ਟੇਕਣਾ ਕੀ ਹੁੰਦਾ ਹੈ ਕਿ ਸਿੱਖਿਆ ਨੂੰ ਮੰਨਣਾ, ਵਿਚਾਰਧਾਰਾ ਨੂੰ ਮੰਨਣਾ। ਪਰ ਜੇ ਬੰਦੇ ਨੇ ਗੁਰਮਤ ਧਾਰਨ ਕੀਤੀ ਨਹੀਂ, ਗੁਰੂ ਦੀ ਵਿਚਾਰਧਾਰਾ ਲਈ ਨਹੀਂ, ਸੱਚਾ ਗਿਆਨ ਜੀਵਨ ਦੇ ਵਿੱਚ ਕਮਾਇਆ ਹੀ ਨਹੀਂ, ਤਾਂ ਫਿਰ ਮੱਥੇ ਟੇਕੇ ਦਾ ਕੀ ਲਾਭ ਹੈ? ਫਿਰ ਤਾਂ ਕਹਿਣਾ ਪਏਗਾ ਨਾ, ਸੀਸ ਨਿਵਾਏ ਕਿਆ ਥੀਏ, ਜਾਂ ਹਿਰਦੈ ਕੁਸ਼ੁੱਧੇ ਚਾਹੇ।
ਭਲਿਆ ਤੇਰੇ ਸੀਸ ਨਿਵਾਉਣ ਦਾ ਕੀ ਫਾਇਦਾ ਜੇ ਹਿਰਦੇ ਦੇ ਵਿੱਚ ਤੇਰੇ ਇੱਕ ਸ਼ੁੱਧ ਪੁਣਾ ਹੀ ਹੈ। ਭਾਵੇਂ ਜਿੰਨੇ ਮਰਜ਼ੀ ਮੱਥੇ ਟੇਕੀ ਜਾ, ਭਾਵੇਂ ਜਿੰਨੇ ਮਰਜ਼ੀ ਤੂੰ ਸਰੋਵਰ ਵਿੱਚ ਜਾ ਕੇ ਚੁੱਭੀਆਂ ਲਾਈ ਜਾ, ਉਹਦੇ ਨਾਲ ਕੀ ਹੋਏਗਾ? ਤੇਰੇ ਅੰਦਰ ਜੇਕਰ ਕਪਟ ਹੈ, ਹਿਰਦੇ ਕਪਟ ਮੁੱਖ ਗਿਆਨੀ, ਹਿਰਦੇ ਵਿੱਚ ਤੇਰੇ ਕਪਟ ਹੋਵੇ, ਭਾਵੇਂ ਤੂੰ ਮੁੱਖ ਤੋਂ ਜਿੰਨੀਆਂ ਮਰਜ਼ੀ ਤੂੰ ਗਿਆਨ ਦੀਆਂ ਗੱਲਾਂ ਕਰੀ ਜਾ, ਉਹਦਾ ਵੀ ਕੋਈ ਫਾਇਦਾ ਨਹੀਂ ਹੈ। ਹਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ, ਕਾਇਆ ਮਾਂਜਸ ਕੌਣ ਗੁਨਾ, ਜਾਓ ਘੱਟ ਭੀਤਰ ਹੈ ਮਲਣਾ। ਬਾਹਰੋਂ ਕਾਇਆ ਨੂੰ ਮਾਂਜਣ ਦਾ ਕੀ ਲਾਭ ਹੈ, ਉਹਦਾ ਕੀ ਫਾਇਦਾ ਹੈ? ਤੇਰੇ ਅੰਦਰ ਤੇ ਮੈਲ ਭਰੀ ਪਈ ਹੈ। ਚਾਹੀਦਾ ਤੇ ਇਹ ਸੀਗਾ ਕਿ ਜੇ ਤੂੰ ਆਇਆ ਹੀ ਹੈ ਗੁਰਦੁਆਰੇ, ਇੱਥੇ ਆ ਕੇ ਕੁਝ ਚੰਗਾ ਕਰ ਲੈਂਦਾ, ਇੱਥੇ ਆ ਕੇ ਬਾਣੀ ਨੂੰ ਪੜ੍ਹ ਲੈਂਦਾ, ਸੁਣ ਲੈਂਦਾ, ਕਿਤੇ ਵਿਚਾਰ ਲੈਂਦਾ, ਤੇਰੇ ਆਏ ਦਾ ਫਾਇਦਾ ਹੋ ਜਾਂਦਾ। ਤਾਂ ਭਗਤ ਰਾਮਾਨੰਦ ਜੀ ਕਹਿੰਦੇ ਨੇ, ਜਹਾਂ ਜਾਈਏ ਤਹਾਂ ਜਲ ਪਖਾਨ। ਕਹਿੰਦੇ ਮੈਂ ਜਿੱਥੇ ਵੀ ਜਾਵਾਂ, ਜਿੱਥੇ ਵੀ ਜਾ ਕੇ ਵੇਖਾਂ, ਦੋ ਹੀ ਚੀਜ਼ਾਂ ਨੇ, ਜਾਂ ਜਲ ਹੈ, ਪਾਣੀ ਹੈ, ਜਾਂ ਪਖਾਨ ਹੈ। ਜਹਾਂ ਜਾਈਏ ਤਹਾਂ ਜਲ ਪਖਾਨ, ਤੂੰ ਪੂਰ ਰਹੇ ਹੋ ਹੈ ਸਭ ਸਮਾਨ। ਪਰ ਕਹਿੰਦੇ ਮੇਰੇ ਗੁਰੂ ਨੇ ਮੈਨੂੰ ਇੱਕ ਗੱਲ ਸਮਝਾ ਦਿੱਤੀ ਵੀ ਥਾਂ ਥਾਂ ਦੇ ਉੱਤੇ ਭਟਕਣ ਦੀ ਲੋੜ ਨਹੀਂ। ਮੇਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਕਿ ਮੇਰਾ ਰੱਬ ਹੈ ਨਾ ਜਿਹੜਾ, ਤੂੰ ਪੂਰ ਰਹੇ ਹੋ ਹੈ ਸਭ ਸਮਾਨ, ਉਹ ਤਾਂ ਸਾਰੀ ਜਗ੍ਹਾ ਦੇ ਉੱਤੇ ਹੀ ਹੈ। ਇਸ ਕਰਕੇ ਕਿਸੇ ਖਾਸ ਮੂਰਤੀ ਦੇ ਅੱਗੇ ਜਾ ਕੇ ਝੁਕਣ ਦੀ ਲੋੜ ਨਹੀਂ, ਇਸ ਕਰਕੇ ਕਿਸੇ ਖਾਸ ਤੀਰਥ 'ਤੇ ਜਾਣ ਦੀ ਲੋੜ ਨਹੀਂ, ਉਹ ਸਾਰੀ ਜਗ੍ਹਾ ਹੀ ਹੈ। ਜੇ ਸਾਰੀ ਜਗ੍ਹਾ ਹੈ ਤਾਂ ਮੇਰੇ ਵਿੱਚ ਵੀ ਹੈ, ਫਿਰ ਮੈਂ ਆਪਣੇ ਅੰਦਰਲੇ ਰੱਬ ਨਾਲ ਸਾਂਝ ਪਾਵਾਂ ਨਾ, ਮੈਂ ਚੰਗੇ ਗੁਣਾਂ ਨਾਲ ਸਾਂਝ ਪਾਵਾਂ, ਮੈਂ ਆਪਣੇ ਗਿਆਨ ਗੁਰੂ ਨਾਲ ਸਾਂਝ ਪਾਵਾਂ, ਵਿਵੇਕ ਗੁਰੂ ਨਾਲ ਸਾਂਝ ਪਾਵਾਂ, ਮੈਂ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਅਤੇ ਸਹੀ ਪਾਸੇ ਨੂੰ ਉੱਦਮ ਕਰਾਂ। ਜੋ ਮੈਨੂੰ ਸਮਝ ਆ ਰਿਹਾ ਮੈਂ ਉਹ ਕਰਾਂ, ਪਰ ਮੈਂ ਆਪਣਾ ਟਾਈਮ 'ਤੇ ਨਾ ਘੱਟੋ ਘੱਟ ਵੇਸਟ ਕਰਾਂ। ਕਹਿੰਦੇ ਨੇ, ਜਹਾਂ ਜਾਈਏ ਤਹਾਂ ਜਲ ਪਖਾਨ, ਤੂੰ ਪੂਰ ਰਹੇ ਹੋ ਹੈ ਸਭ ਸਮਾਨ। ਜਿਨ੍ਹਾਂ ਨੂੰ ਇਹ ਵੀਡੀਓ ਚੰਗੀ ਲੱਗੀ ਹੈ, ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ, ਤਾਂ ਕਿ ਇਹ ਮੈਸੇਜ ਜਿਹੜਾ ਹੈ ਉਹ ਦੂਰ ਦੂਰ ਤੱਕ ਜਾ ਸਕੇ। ਜਿਨ੍ਹਾਂ ਵੀਰਾਂ ਭੈਣਾਂ ਨੇ ਹਜੇ ਤੱਕ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਿਓ, ਬੈੱਲ ਆਈਕਨ ਜ਼ਰੂਰ ਦਬਾ ਦਿਓ ਅਤੇ ਆਲ 'ਤੇ ਜ਼ਰੂਰ ਕਲਿੱਕ ਕਰਿਓ, ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਉਸਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਜਿਨ੍ਹਾਂ ਨੇ ਅਜੇ ਤੱਕ ਮੈਨੂੰ ਫੇਸਬੁੱਕ 'ਤੇ ਫੋਲੋ ਨਹੀਂ ਕੀਤਾ, ਬਲਜੀਤ ਸਿੰਘ ਦਿੱਲੀ ਦੇ ਨਾਂ 'ਤੇ ਮੇਰਾ ਫੇਸਬੁੱਕ ਪੇਜ ਹੈ, ਉੱਥੇ ਜਾ ਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ, ਮੇਰੇ ਪੇਜ ਨੂੰ ਲਾਈਕ ਕਰ ਦਿਓ, ਨਿਊ ਅਪਡੇਟਸ ਤੁਹਾਡੇ ਤੱਕ ਪਹੁੰਚ ਜਾਣਗੀਆਂ। ਧੰਨਵਾਦ।